ਡিয়ার ਫਰੈਂਡਸ ਤੁਹਾਡੇ ਸਪਨੇ ਚੈਨਲ ਦਿਲ ਦੀਆਂ ਗੱਲਾਂ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਚੈਨਲ ਨੂੰ ਸ਼ੁਰੂ ਕਰਨ ਦਾ ਮੇਰਾ ਜਿਹੜਾ ਮੋਟਿਵ ਹੈ ਛੋਟੀਆਂ-ਛੋਟੀਆਂ ਗੱਲਾਂ ਨੂੰ ਸ਼ੇਅਰ ਕਰਨਾ ਹੈ ਜਿਨ੍ਹਾਂ ਦੇ ਵਿੱਚੋਂ ਮੇਰੀਆਂ ਕੁਝ ਯਾਦਾਂ ਨੇ ਜ਼ਿੰਦਗੀ ਦੇ ਕੁਝ ਕੌੜੇ ਮਿੱਠੇ ਤਜਰਬੇ ਨੇ ਕੁਝ ਖਾਣੇ ਨਾਲ ਸੰਬੰਧਿਤ ਅਸੀਂ ਗੱਲਾਂ ਕਰਾਂਗੇ ਕੁਝ ਨਵੇਂ-ਨਵੇਂ ਰੈਸਪੀਜ਼ ਬਾਰੇ ਬੱਚਿਆਂ ਲਈ ਦਾਦਾ-ਦਾਦੀ ਤੇ ਨਾਨਾ-ਨਾਨੀ ਨੇ ਕਹਾਣੀਆਂ ਵੀ ਹੋਣਗੀਆਂ। ਮੇਰੀਆਂ ਲਿਖੀਆਂ ਕਵਿਤਾਵਾਂ ਤੇ ਵੱਖ-ਵੱਖ ਲੇਖ ਵੀ ਤੁਹਾਡੇ ਨਾਲ ਮੈਂ ਇੱਥੇ ਸ਼ੇਅਰ ਕਰੂੰਗੀ। ਜੋ ਕਿ ਸਮਾਜ ਦੇ ਵੱਖ-ਵੱਖ ਮੁੱਦਿਆਂ ਨੂੰ ਛੂੰਹਦੇ ਨੇ। ਮਿੰਝ ਸਾਨੂੰ ਅਵੇਅਰ ਕਰਦੇ ਨੇ ਕਿ ਇਹ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਕੁਝ ਗੱਲਾਂ ਅਸੀਂ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਬਾਰੇ ਵੀ ਕਰਾਂਗੇ। ਕਿਸੀਂ ਇਹਨਾਂ ਰਿਸ਼ਤਿਆਂ ਨੂੰ ਕਿਸ ਤਰੀਕੇ ਨਾਲ ਬਣਾ ਕੇ ਰੱਖ ਸਕਦੇ ਹਾਂ। ਕਿਉਂਕਿ ਅੱਜਕੱਲ ਦਾ ਜਿਹੜਾ ਟਾਈਮ ਹੈ ਉਹਦੇ ਵਿੱਚ ਫੈਮਿਲੀ ਪ੍ਰੋਬਲਮਸ ਜ਼ਿਆਦਾ ਵੱਧ ਰਹੀਆਂ ਨੇ ਅਸੀਂ ਕਿਸ ਤਰੀਕੇ ਨਾਲ ਮੈਨੇਜ ਕਰ ਸਕਦੇ ਹਾਂ ਉਹ ਵੀ ਛੋਟੀ ਛੋਟੀ ਟਿਪਸ ਤੁਹਾਡੇ ਨਾਲ ਸ਼ੇਅਰ ਕਰੂੰਗੀ ਫਿਰ ਜਿਹੜੇ ਮੇਲੇ ਤੇ ਤਿਉਹਾਰ ਹੁੰਦੇ ਆ ਉਹਨਾਂ ਬਾਰੇ ਵੀ ਅਸੀਂ ਗੱਲ ਕਰਾਂਗੇ ਬੱਚਿਆਂ ਨਾਲ ਖੇਡਾਂਗੇ ਵੀ ਕੁਝ ਵੀਡੀਓਜ਼ ਦੇ ਵਿੱਚ ਜਿੱਥੇ ਕਿਤੇ ਸੈਰ-ਸਪਾਟੇ ਦੇ ਲਈ ਗਏ ਉਹ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਥਾਂ ਦੀ ਜਿਹੜੀ ਇੰਪੋਰਟੈਂਸ ਕੀ ਹੈ ਤੇ ਤੇ ਕੀ ਦੇਖਿਆ ਕੀ ਸਭ ਤੋਂ ਜ਼ਿਆਦਾ ਯੂਨੀਕ ਲੱਗਿਆ ਇਹ ਵੀ ਗੱਲਾਂ ਸ਼ੇਅਰ ਕਰਨੀਆਂ ਤੁਹਾਡੇ ਨਾਲ ਫਿਜ਼ੀਕਲੀ ਤੌਰ ਤੇ ਸੀ ਕਿਵੇਂ ਫਿੱਟ ਰਹਿ ਸਕਦੇ ਆ ਇਹ ਨਾਲ ਰਿਲੇਟਡ ਨੁਸਖੇ ਦੱਸਾਂਗੇ ਤੁਸੀਂ ਸਾਰੇ ਅੱਜਕੱਲ ਜਿਹੜੇ ਲੋਕ ਨੇ ਕਿਉਂਕਿ ਵਰਕਿੰਗ ਨੇ ਮੋਸਟਲੀ ਤਾਂ ਉਹਨਾਂ ਨੂੰ ਟੈਨਸ਼ਨ ਹੁੰਦੀ ਹੈ ਕਿ ਅਸੀਂ ਕੀ ਖਾਈਏ ਕੀ ਨਾ ਖਾਈਏ ਅਸੀਂ ਉਹ ਵੀ ਗੱਲਾਂ ਇੱਥੇ ਤੁਹਾਡੇ ਨਾਲ ਗੱਲ ਕਰਾਂਗੇ ਮੀਨਸ ਇੱਕ ਐਜ਼ ਅ ਡਾਕਟਰ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਬੱਚਿਆਂ ਦੇ ਲਈ ਕੁਝ ਸਟੱਡੀ ਟਿਪਸ ਵੀ ਹੋਣਗੀਆਂ ਗੁੱਡ ਮੈਨਰਸ ਕਿ ਅਸੀਂ ਬੱਚਿਆਂ ਨੂੰ ਕਿਸ ਤਰੀਕੇ ਨਾਲ ਵਧੀਆ ਬਣਾ ਸਕਦੇ ਹਾਂ ਕਿਉਂਕਿ ਮੇਨ ਗੱਲ ਜਿਹੜੀ ਹੈ ਕਿ ਸਾਡੇ ਬੱਚੇ ਵਧੀਆ ਇਨਸਾਨ ਬਣਨ ਅਸੀਂ ਉਹਨਾਂ ਨੂੰ ਡਾਕਟਰ ਇੰਜੀਨੀਅਰ ਟੀਚਰ ਜਾਂ ਕਿਸੇ ਹੋਰ ਫੀਲਡ ਦੇ ਵਿੱਚ ਬਾਅਦ ਦੇ ਵਿੱਚ ਪਾਉਣਾ ਹੈ ਕਿਉਂਕਿ ਮੇਨ ਗੱਲ ਇਹ ਹੈ ਵੀ ਜੇਕਰ ਉਹ ਚੰਗੇ ਇਨਸਾਨ ਨੇ ਤਾਂ ਸਾਰਾ ਕੁਝ ਆਪੇ ਹੀ ਮੈਨੇਜ ਕਰ ਲੈਣਗੇ ਤੇ ਫਿਰ ਕੁਝ ਸਕੂਲ ਟਾਈਮ ਦੀਆਂ ਗੱਲਾਂ ਜਿਵੇਂ ਕਿ ਬਿਲਕੁਲ ਛੋਟੇ ਹੁੰਦੇ ਆ ਫੱਟੀ ਲਿਖਦੇ ਸੀ ਫਰਟੀ ਲਿਖ ਕੇ ਵੀ ਦਿਖਾਈ ਜਾਏਗੀ ਤੁਹਾਨੂੰ ਕਲਮ ਕੀ ਹੁੰਦੀ ਹੈ ਕਿਉਂਕਿ ਅੱਜ ਕੱਲ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਬਟ ਦੱਸਿਆ ਜਾਏਗਾ ਕਿ ਜਿਹੜਾ ਸਾਡਾ ਪੁਰਾਣਾ ਸਕੂਲਿੰਗ ਸਿਸਟਮ ਸੀ ਉਹ ਕਿਸ ਤਰ੍ਹਾਂ ਦਾ ਸੀ ਤੇ ਕਿਵੇਂ ਅਸੀਂ ਇੱਥੇ ਤੱਕ ਪਹੁੰਚੇ ਹਾਂ ਤੇ ਅਸੀਂ ਕਿੰਨੀ ਤਰੱਕੀ ਕੀਤੀ ਹੈ ਤਰੱਕੀ ਉਹ ਵੀ ਸੀ ਤਰੱਕੀ ਹੁਣ ਵੀ ਹੈ ਬਟ ਉਹ ਚੀਜ਼ਾਂ ਦੇ ਨਾਲ ਸਾਡੀ ਜਿਹੜੀ ਯਾਦਾਂ ਨੇ ਉਹ ਜੁੜੀਆਂ ਹੋਈਆਂ ਨੇ ਤੇ ਇਸ ਚੈਨਲ ਤੇ ਜੋ ਵੀ ਵੀਡੀਓਜ਼ ਅਪਲੋਡ ਹੋਣਗੀਆਂ ਉਹ ਸਿਰ ਪਰਿਵਾਰਕ ਹੀ ਹੋਣੀ ਆ ਤੇ ਇਹ ਵੀਡੀਓ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਲਾਭਦਾਇਕ ਵੀ ਹੋਣੀ ਆ ਤੇ ਸਿੱਖਿਆਦਾਇਕ ਵੀ ਹੋਣੀ ਆ ਤੇ ਮੈਂ ਸੋਚਦੀ ਆ ਕਿ ਹੋ ਸਕਦਾ ਮੇਰੀ ਇਸ ਛੋਟੀ ਜੀ ਕੋਸ਼ਿਸ਼ ਦੇ ਨਾਲ ਕੁਝ ਜਿਹੜੇ ਸਾਡੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਜੋ ਦਰਾੜਾਂ ਆ ਰਹੀਆਂ ਨੇ ਤਰੇੜਾਂ ਆ ਰਹੀਆਂ ਨੇ ਅਸੀਂ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰ ਸਕੀਏ ਤੇ ਮੈਂ ਉਮੀਦ ਵੀ ਕਰਦੀ ਹਾਂ ਤੁਹਾਡੇ ਸਾਰਿਆਂ ਤੋਂ ਕਿ ਤੁਸੀਂ ਆਪਣੇ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋਗੇ ਤੇ ਜੋ ਵੀਡੀਓਜ਼ ਮੈਂ ਅਪਲੋਡ ਕਰੂੰਗੀ ਤੁਸੀਂ ਸ਼ੇਅਰ ਵੀ ਕਰੋਗੇ ਕਿਉਂਕਿ ਵੀਡੀਓਜ਼ ਮੈਂ ਪਾਵਾਂਗੀ ਉਹਦਾਂ ਨੇ ਜੋ ਤੁਹਾਨੂੰ ਸਾਰਿਆਂ ਨੂੰ ਚੰਗੀਆਂ ਲੱਗਣੀਆਂ ਇਸ ਕਰਕੇ ਮੈਨੂੰ ਮੋਟੀਵੇਟ ਕਰਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਮੈਂ ਤੁਹਾਡੇ ਲਈ ਹਰ ਰੋਜ਼ ਨਵੀਆਂ ਤੋਂ ਜਿਹੜੀਆਂ ਨਵੀਆਂ ਵੀਡੀਓਜ਼ ਨੇ ਲੈ ਕੇ ਆਵਾਂ ਕਿਉਂਕਿ ਚੈਨਲ ਦਾ ਨਾਂ ਹੀ ਇਸ ਤਰੀਕੇ ਨਾਲ ਰੱਖਿਆ ਕਿ ਦਿਲ ਦੀਆਂ ਗੱਲਾਂ ਜਿਦੇ ਚ ਤੁਸੀਂ ਮੈਨੂੰ ਕੋਈ ਵੀ ਕਮੈਂਟ ਕਰਕੇ ਦੱਸੋਗੇ ਤਾਂ ਉਹਦੇ ਨਾਲ ਰਿਲੇਟਡ ਜੇਕਰ ਮੇਰੇ ਕੋਲ ਕੁਝ ਟਿਪਸ ਹੋਣਗੀਆਂ ਤਾਂ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿਉਂਕਿ ਤੁਸੀਂ ਆਪਣੀ ਪ੍ਰੋਬਲਮ ਵੀ ਸ਼ੇਅਰ ਕਰ ਸਕਦੇ ਹੋ ਤਾਂ ਮੈਂ ਉਸ ਪ੍ਰੋਬਲਮ ਦਾ ਸੋਲੂਸ਼ਨ ਵੀ ਤੁਹਾਨੂੰ ਦੱਸਾਂਗੀ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਮੈਨੂੰ ਸਹਿਯੋਗ ਦੇਵੋਗੇ ਥੈਂਕਸ ਫਾਰ